ਇੰਨੀ ਗਰਮੀ 'ਚ ਜੇ ਕਿਤੇ ਆਈਸਕ੍ਰੀਮ ਮਿਲ ਜੇ ਨਾ, ਮਜ਼ਾ ਆ ਜੇ, ਉਹ ਵੀ ਫ੍ਰੀ ਦੀ। ਹੈਲੋ ਅੰਕਲ, ਸਵਾਦ ਹੈ? ਬਿਲਕੁਲ ਸਵਾਦ ਨਹੀਂ ਹੈ। ਆਈਸਕ੍ਰੀਮ ਸਵਾਦ ਨਹੀਂ ਹੈ? ਓਹੋ, ਮੈਨੂੰ ਲੱਗਦਾ ਉਹਨਾਂ ਨੇ ਮਿੱਠਾ ਘੱਟ ਪਾਇਆ। ਮੈਂ ਅਗਰ ਟੇਸਟ ਕਰਾਂ, ਮੈਨੂੰ ਲੱਗਦਾ ਪਤਾ ਚੱਲ ਜੂਗਾ ਕਿ ਟੇਸਟੀ ਹੈ ਕਿ ਨਹੀਂ। ਪਤਾ ਕੀ ਗੱਲ ਹੈ, ਇੱਥੇ ਤਾਂ ਉਹ ਖਾਣੀ ਪੈਂਦੀ ਜੋ ਚਲਾਉਂਦੇ ਆ। ਅੱਛਾ, ਜੋ ਇਹ ਖਿਲਾਉਂਦੇ ਉਹ ਖਾਣੀ ਪੈਂਦੀ? ਉਹ ਖਾਣੀ ਪੈਂਦੀ ਹੈ। ਜ਼ਬਰਦਸਤੀ ਹੈ। ਆਹੋ। ਅੱਛਾ, ਤੇ ਜੇ ਉਹ ਤੁਹਾਨੂੰ ਮਨਾ ਕਰਦੇ ਨਹੀਂ ਆਈਸਕ੍ਰੀਮ ਨਹੀਂ ਖਵਾਣੀ, ਥਾਪੜਾ ਤੇ ਉਹਦਾ ਹੀ ਪਊਗਾ। ਫਿਰ ਵੀ ਗਲਤੀ ਉਹਦੀ ਕੱਢੋਗੇ ਤੁਸੀਂ? ਨਹੀਂ, ਗਲਤੀ ਕਿਉਂ ਕਰੇ, ਇੱਥੇ ਆਪਾਂ ਘੁੰਮਣਾ ਹੈ ਨਾ, ਤੋ ਮਾੜੀ ਮੋਟੀ ਤੋ ਖਾਣੀ ਪੈਂਦੀ ਹੈ ਨਾ। ਅੱਛਾ, ਮਾੜੀ ਮੋਟੀ ਖਾਣੀ ਮੰਗਦੇ ਉਹ ਤਾਂ ਹੈ ਨਹੀਂ ਦੇ ਕੋਲ। ਅੱਛਾ, ਕਿਉਂ? ਪਤਾ ਨਹੀਂ, ਉਹ ਕਹਿੰਦਾ ਕਿ ਵਿਕਦੀ ਨਹੀਂ। ਬਾਕੀ ਤੁਹਾਨੂੰ ਕਿਹੜੀ ਦੁਨੀਆ ਤੋਂ ਅਲੈਦਾ ਚਾਹੀਦੀ ਹੈ? ਕਿਹੜੀ ਆਈਸਕ੍ਰੀਮ ਇਹੋ ਜਿਹੀ ਜਿਹੜੀ ਦੁਨੀਆ 'ਤੇ ਪੈਦਾ ਨਹੀਂ ਹੋਈ ਹਾਲੇ? ਫਗਵਾੜੇ ਦੀ ਚਾਹੀਦੀ ਹੈ। ਫਗਵਾੜੇ ਦੀ ਆਈਸਕ੍ਰੀਮ ਚਾਹੀਦੀ ਹੈ, ਠੀਕ ਹੈ ਜੀ। ਅੱਛਾ, ਇੱਕ ਚੀਜ਼ ਹੈ, ਤੁਸੀਂ ਹੁਣ ਆਈਸਕ੍ਰੀਮ ਖਾਧੀ ਹੈ, ਤੁਹਾਡੇ ਦਿਲ ਨੂੰ ਠੰਡਕ ਮਿਲ ਗਈ ਹੋਏਗੀ, ਹੈ ਨਾ? ਇੱਕ ਹਿਸਾਬ ਦੀ ਹੈ ਤੁਹਾਡੀ ਜਿੱਤ ਹੋਈ ਕਿ ਗਰਮੀ ਦੇ ਵਿੱਚ ਆਈਸਕ੍ਰੀਮ ਮਿਲ ਗਈ। ਇੱਕ ਸਿਚੁਏਸ਼ਨ ਇਹੋ ਜਿਹੀ ਹੁੰਦੀ ਹੈ ਜਦੋਂ ਬੰਦਾ ਕਹਿੰਦਾ ਬਹੁਤ ਜਿੱਤ ਲਿਆ, ਹੁਣ ਮੈਨੂੰ ਹਾਰ ਚਾਹੀਦੀ ਹੈ। ਹਾਰ ਤਾਂ ਅਸੀਂ ਮੋਦੀ ਦੇ ਬੰਦੇ ਹਾਰਨਾ ਚਾਹੁੰਦੇ ਨਹੀਂ। ਫਿਰ ਵੀ ਇਹੋ ਜਿਹੀ ਹਾਰ ਜਿਹੜੀ ਤੁਹਾਨੂੰ ਚਾਹੀਦੀ ਹੈ ਉਹ ਕਿਹੜੀ, ਮਤਲਬ ਇਹੋ ਜਿਹੀ ਹਾਰ ਕਿਹੜੀ ਹੈ ਜਿਹੜੀ ਬੰਦਾ ਚਾਹੁੰਦਾ ਹੈ ਵੀ ਉਹ ਮੈਨੂੰ ਮਿਲ ਜੇ? ਵੀ ਅਸੀਂ ਆਪਣੇ ਅਸੀਂ ਆਪਣੇ ਹੀਰਿਆਂ ਦਾ ਹਾਰ, ਆਪਣੇ ਪੁੱਤਰ ਦੇ ਸਾਹਮਣੇ ਹਾਰ ਜਾਵਾਂਗੇ, ਉਹ ਸਭ ਤੋਂ ਵੱਡੀ ਹਾਰ ਹੁੰਦੀ ਹੈ। ਕੀ ਬਾਤ ਹੈ, ਬਹੁਤ ਸੋਹਣਾ ਆਨਸਰ, ਥੈਂਕ ਯੂ ਸੋ ਮਚ ਸਰ, ਬਹੁਤ ਚੰਗਾ ਲੱਗਾ ਗੱਲ ਕਰਕੇ। ਲਓ ਜੀ, ਜਿਵੇਂ ਕਿ ਥੈਂਕ ਯੂ ਸੋ ਮਚ, ਵੈਲ, ਜਿਵੇਂ ਕਿ ਆਏ ਹਾਏ ਸੋਹਣਿਆ, ਚੱਲ ਚੱਲ ਭੱਜ ਜਾ, ਉਹ ਮਤਲਬ ਕਹਿੰਦੇ ਮਤਲਬ ਭਾਜੀ ਚਲੇ ਗਏ। ਐਕਸਕਿਊਜ਼ ਮੀ, ਉੱਧਰ ਧਿਆਨ ਨਾ ਦਿਓ, ਮੇਰੇ ਵੱਲ ਧਿਆਨ ਦਿਓ, ਮੈਂ ਆਵਾਜ਼ਾਂ ਮਾਰਨ ਡਿਆ ਪਿੱਛੋਂ। ਹੈਲੋ ਅੰਕਲ, ਕੈਸੇ ਹੈਂ? ਬਹੁਤ ਅੱਛੇ ਹੈ। ਕਿਆ ਲਗਾਇਆ ਹੁਆ ਆਪਨੇ, ਖਰਬੂਜੇ? ਨਾ, ਆਈਸਕ੍ਰੀਮ ਹੈ। ਅੱਛਾ ਅੱਛਾ, ਕੈਸੀ ਹੋਤੀ ਹੈ ਦਿਖਨੇ ਮੈਂ, ਕੈਸੀ ਹੈ? ਬਹੁਤ ਅੱਛੇ ਹੈ, ਖਾਣੇ ਮੈਂ ਬਹੁਤ ਅੱਛੇ ਹੋਤੇ ਹੈ। ਖਾਣੇ ਮੈਂ ਅੱਛੀ ਹੋਤੀ ਹੈ? ਸਭ ਚੀਜ਼ ਅੱਛੇ ਹੈ। ਕੌਨਸੀ ਸਭਸੇ ਬੈਸਟ ਲੱਗਦੀ ਹੈ ਆਈਸਕ੍ਰੀਮ ਆਪਕੋ? ਹਰ ਇੱਕ ਆਈਟਮ ਅੱਛਾ ਅੱਛਾ ਹੈ। ਕੋਈ ਐਸੀ ਬਤਾਈਏ ਜੋ ਬਹੁਤ ਟੇਸਟੀ ਹੋਤੀ ਹੈ? ਸਭ ਟੇਸਟਿੰਗ ਹੋਤੇ ਹੈ, ਐਸਾ ਬਾਤ ਨਹੀਂ ਹੈ। ਆਈਸਕ੍ਰੀਮ ਐਸਾ ਚੀਜ਼ ਹੈ ਕਿ ਆਪਣੇ ਆਪਣੇ ਸਵਾਦ ਹੋਤੇ ਹੈ। ਜੇ ਮੈਂ ਸ਼ੇਰ ਹਾਂ ਤਾਂ ਸਵਾ ਸ਼ੇਰ ਹਾਂ, ਪਰ ਫਿਰ ਵੀ ਕੋਈ ਬਤਾਈਏ ਕੌਨ ਸੀ ਐਸੀ ਟੇਸਟ, ਦਿਖਾਈਏ ਮੁਝੇ। ਕੌਨ ਮੈਂ ਹੋਤੇ ਹੈ ਅੱਛੇ, ਚੋਕਲੇਟ ਬਟਰਸਕੌਚ। ਕੌਨ ਹੋਤਾ ਹੈ? ਕਰਨਾ ਕਰਨਾ ਤਾਂ ਨਹੀਂ, ਕੌਨ? ਕੌਣ ਕੌਣ? ਪੀਛੇ ਦੇਖੋ, ਪੀਛੇ ਪੀਛੇ ਤਾਂ ਦੇਖੋ, ਪੀਛੇ ਪੀਛੇ ਉਧਰ ਕੌਣ ਹੈ? ਹਾਂ ਬੋਲੋ ਅੰਕਲ, ਆਈਸਕ੍ਰੀਮ ਖਵਾਓ ਇੱਕ। ਬੋਲੋ ਕੌਣ ਸਾ ਖਿਲਾ ਦੇ, ਕੋਈ ਵੀ ਜੋ ਆਪਕੋ ਪਸੰਦ ਹੋ, ਕੋਈ ਵੀ ਖਿਲਾ ਦੇ। ਅੱਛਾ, ਥੈਂਕ ਯੂ ਅੰਕਲ, ਫਾਇਦਾ ਹੋ ਗਿਆ। ਲਓ ਜੀ, ਆਈਸਕ੍ਰੀਮ ਆਪਾਂ ਖਾ ਲਈ ਹੈ ਅਤੇ ਮਜ਼ਾ ਸਾਨੂੰ ਆ ਗਿਆ, ਹੁਣ ਅਸੀਂ ਹੋਰ ਨਜ਼ਾਰੇ ਲੈਣੇ ਆ ਉੱਧਰ ਨੂੰ ਜਾ ਕੇ। ਜੀ ਹਾਂ, ਕਿਉਂਕਿ ਹੁਣ ਅਸੀਂ ਕਰਨੀ ਆ ਗੱਲਬਾਤ, ਅਤੇ ਤੁਹਾਨੂੰ ਪਤਾ ਅੱਜ ਮੈਂ ਕੀ ਪੁੱਛਣ ਚੱਲਾਂ, ਆ ਸੁਣੋ।
ਸਤਿ ਸ਼੍ਰੀ ਅਕਾਲ, ਕਿਵੇਂ ਹੋ? ਵਧੀਆ। ਅੱਛਾ, ਮੈਂ ਸੁਣਿਆ ਵੀ ਦੁਨੀਆ ਤੇ ਹਰ ਕੋਈ ਜਿੱਤਣਾ ਚਾਹੁੰਦਾ ਹੈ। ਹਰ ਕਿਸੇ ਦਾ ਸੁਪਨਾ ਹੈਗਾ। ਸੁਪਨਾ? ਤੁਹਾਡਾ ਸੁਪਨਾ ਕੀ ਹੈ? ਮੇਰਾ ਸੁਪਨਾ ਅੱਛਾ ਇਨਸਾਨ ਬਣਨਾ। ਕਿਉਂ, ਤੁਸੀਂ ਮਾੜੇ ਜੇ? ਨਹੀਂ, ਵੈਸੇ ਤਾਂ ਠੀਕ ਆ, ਪਰ ਅੱਛਾ ਇਨਸਾਨ ਕਿਵੇਂ? ਮਤਲਬ ਆਪਣਾ ਵੀ ਨੁਕਸਾਨ ਨਾ ਹੋਏ, ਨਾ ਦੂਜੇ ਦਾ ਵੀ ਨੁਕਸਾਨ ਨਾ ਹੋਏ। ਕੀ ਬਾਤ ਹੈ! ਪਰ ਇੱਕ ਜਗ੍ਹਾ ਇਹੋ ਜਿਹੀ ਹੈ ਜਿੱਥੇ ਬੰਦਾ ਕਹਿੰਦਾ ਕਿ ਬਹੁਤ ਜਿੱਤ ਲਿਆ, ਹੁਣ ਮੈਨੂੰ ਹਾਰ ਮਿਲ ਜੇ। ਏਦਾਂ ਦਾ ਇੱਕੋ ਹੀ ਜਗ੍ਹਾ ਹੁੰਦੀ ਹੈ, ਉੱਤੇ ਬਸ। ਉੱਤੇ ਕਿਤੇ ਪੇੜ ਤੇ ਚੜ੍ਹ ਕੇ ਕਿਉਂ ਬੰਦਾ ਬੋਲੇਗਾ, ਦੱਸੋ? ਜਦੋਂ ਲਾਸਟ ਜਿਹੜਾ ਪੀਰੀਅਡ ਹੁੰਦਾ ਇਨਸਾਨ ਦਾ, ਉਸ ਟਾਈਮ ਲਾਸਟ ਪੀਰੀਅਡ। ਮੇਰੇ ਤੇ ਉਹ ਸਾਇੰਸ ਵਾਲੀ ਮੈਡਮ ਦੁਬਾਰਾ ਆ ਜਾਂਦੀ ਸੀ ਲਾਸਟ ਪੀਰੀਅਡ 'ਚ, ਉਹਨੇ ਕਦੇ ਨਹੀਂ ਕਿਹਾ ਵੀ ਤੈਨੂੰ ਹਾਰ ਮਿਲ ਜੇ, ਏਦਾਂ ਦਾ ਕੁਛ ਨਹੀਂ। ਵੈਸੇ ਸੋਚੋ, ਥੋੜਾ ਡੀਪਲੀ ਸੋਚੋ, ਲਾਗੇ ਛਾਗੇ ਹੋ ਕਿਤੇ? ਮੈਂ ਦਿੱਲੀ। ਨਹੀਂ, ਸਵਾਲ ਦੇ ਲਾਗੇ ਛਾਗੇ। ਅੱਛਾ, ਵੈਲ, ਇਹ ਤਾਂ ਹੋ ਗਿਆ ਮਜ਼ਾਕ, ਹੁਣ ਤੁਸੀਂ ਪੂਰਾ ਕੋਨਸਨਟ੍ਰੇਟ ਕਰੋ ਸਵਾਲ 'ਤੇ। ਬੰਦਾ ਹਮੇਸ਼ਾ ਜਿੱਤ ਮੰਗਦਾ, ਉਹ ਕਿਹੜੀ ਜਗ੍ਹਾ ਹੈ ਜਦੋਂ ਬੰਦਾ ਹਾਰ ਮੰਗਦਾ? ਨਹੀਂ ਪਤਾ। ਹਾਰ ਗਏ ਜੇ, ਬਿਨਾਂ ਮੰਗੇ ਹੀ ਹਾਰ ਮਿਲ ਗਈ ਅੰਕਲ। ਥੈਂਕ ਯੂ ਸੋ ਮਚ। ਓ ਹਾਏ ਬਿਊਟੀ, ਆਓ ਨਹੀਂ ਇੱਧਰ, ਬੜਾ ਐਟੀਟਿਊਡ ਕੁੜੀ 'ਚ। ਹੈਲੋ, ਹਾਏ, ਮਿੱਤਰ ਨੂੰ ਵੀ ਡਰਾ ਛੱਡੀ। ਐਨੀਵੇਜ਼, ਹਾਏ। ਅਰੇ ਮੈਂ ਕੌਣ ਸਬੂਤ ਹੂੰ ਭਾਈ? ਹੈਲੋ, ਤੁਹਾਡਾ ਨਾਮ ਕਿਆ ਹੈ? ਨਾਮ ਬਤਾ ਦੇ, ਬੋਲ ਨਾ। ਮੈਂ ਕੋਈ, ਮੇਰਾ ਨਾਮ ਹੈ ਬੋਲਤੀ ਬੰਦ, ਮਤਲਬ ਕਿ ਮੈਂ ਬੋਲਤੀ ਬੰਦ ਕਰ ਦਿੱਤਾ। ਤੁਹਾਡਾ ਨਾਮ ਕਿਆ ਹੈ? ਕਿਆ ਨਾਮ ਹੈ ਇਸਕਾ? ਗਰਵ। ਮੁਝੇ ਇਸ ਪੇ ਗਰਵ ਹੈ ਕਿ ਇਸਨੇ ਆਪਣੇ ਕਿਆ ਕਹਿਤੇ ਹੈ ਦਿਮਾਗ ਕੋ ਸਟਿਲ ਰੱਖਾ ਔਰ ਮੇਰੇ ਕੋਈ ਜਵਾਬ ਨਹੀਂ ਦਿਆ। ਇਸ ਬਾਤ ਪੇ ਮੁਝੇ ਯੇ ਬਾਤ ਆ ਰਹੀ ਹੈ ਕਿ ਕੰਮ ਬੇਇੱਜ਼ਤੀ ਵਾਲਾ ਹੀ ਹੈ। ਲੋ ਜੀ, ਜਿਵੇਂ ਕਿ ਸਾਡੇ ਕੋਲ ਹੈਲੋ ਭਾਜੀ, ਹੈਲੋ ਮੈਮ, ਤੁਹਾਡਾ ਨਾਮ? ਰੋਬਿਨ। ਵਿਸ਼ਾਲ ਜੂਹੀ। ਜੂਹੀ? ਜੂਹੀ ਦੇ ਪਿੱਛੇ ਚਾਵਲਾ ਲੱਗਦਾ ਜਾਂ ਕੁਛ? ਚੱਡਾ। ਜੂਹੀ ਚੱਡਾ। ਸੋ ਮੈਂ ਇੱਥੇ ਪਹੁੰਚਿਆ ਹੈਗਾ, ਸਾਰਿਆਂ ਦੇ ਵਿੱਚ ਇੱਕ ਸਵਾਲ ਹੈ ਮੇਰੇ ਦਿਮਾਗ ਦੇ ਵਿੱਚ ਜਿਹੜਾ ਨਿਕਲ ਹੀ ਨਹੀਂ ਰਿਹਾ ਬਾਹਰ, ਉਹਦਾ ਜਦੋਂ ਤੱਕ ਜਵਾਬ ਨਹੀਂ ਮਿਲੂਗਾ। ਅਤੇ ਸਵਾਲ ਇਹ ਹੈਗਾ ਕਿ ਹਰ ਕੋਈ ਆਪਣੀ ਜਿੱਤ ਮੰਗਦਾ, ਭਾਵੇਂ ਜਿੱਥੇ ਮਰਜ਼ੀ ਹੋਵੇ, ਪੇਪਰ ਹੋਣ, ਕਿਤੇ ਜਾਣਾ ਹੋਵੇ, ਕਹੇਗਾ ਮੇਰੀ ਜਿੱਤ ਹੋ ਜਾਏ। ਇਹੋ ਜਿਹੀ ਕਿਹੜੀ ਜਗ੍ਹਾ ਜਦੋਂ ਬੰਦਾ ਕਹਿੰਦਾ ਮੈਨੂੰ ਹਾਰ ਮਿਲ ਜੇ ਬਸ? ਜਨਾਨੀ ਅੱਗੇ ਹਾਰ ਜਾਂਦਾ। ਨੋ ਵਰਡਸ। ਨਹੀਂ, ਪਰ ਇਹ ਕੀ ਕਹਿ ਰਹੇ ਨੇ? ਗਲਤ ਬੋਲ ਰਹੇ। ਗਲਤ ਬੋਲ ਰਹੇ ਨਾ? ਕਿਹੜੀ ਕਿਹੜੀ ਇਹੋ ਜਿਹੀ ਜਨਾਨੀ ਜਿਹਦੇ ਸਾਹਮਣੇ ਤੁਸੀਂ ਹਾਰ ਮੰਨਦੇ ਹੋ? ਸਾਰੇ ਹੀ ਦੇਖ ਰਹੇ ਅੱਜ ਕੱਲ੍ਹ ਜੋ ਹਾਲ ਹੋ ਰਿਹਾ ਅੱਜ ਕੱਲ੍ਹ। ਪਤਨੀ ਪੀੜਿਤ ਬੰਦਾ, ਸ਼ਾਦੀ ਹੋ ਗਈ? ਨਹੀਂ ਨਹੀਂ। ਇੰਨਾ ਐਕਸਪੀਰੀਅੰਸ ਫਿਰ ਕਿੱਦਾਂ? ਹਾਂਜੀ, ਚਲੋ ਕੋਈ ਇੱਕ ਇਹੋ ਜਿਹੀ ਕਹਾਣੀ ਬਤਾਓ ਜਿੱਥੇ ਤੁਹਾਨੂੰ ਲੱਗਾ ਹੋਵੇ ਵੀ ਇੱਥੇ ਤੇ ਮੈਂ ਹਾਰ ਹੀ ਗਿਆ ਕੁੜੀ ਸਾਹਮਣੇ। ਡਿਬੇਟ ਦੇ ਵਿੱਚ। ਅੱਛਾ, ਕਾਦੀ ਡਿਬੇਟ ਸੀ? ਵੂਮਨ ਐਂਪਾਵਰਮੈਂਟ ਸੀ। ਅੱਛਾ, ਉੱਥੇ ਤੇ ਕਿਉਂ? ਆਬਵੀਅਸਲੀ ਭਾਜੀ, ਅਸੀਂ ਜਾਣਦੇ ਹਾਂ ਤੁਸੀਂ ਇੱਥੇ ਹੋ, ਕੋਈ ਗੱਲ ਨਹੀਂ, ਤੁਸੀਂ ਇਕੱਲੇ ਨਹੀਂ ਹੋ, ਮੈਂ ਤੁਹਾਡੇ ਨਾਲ ਹੀ ਹਾਂ। ਹੁਣ ਤੁਸੀਂ ਦੱਸੋ ਇਹਨਾਂ ਨੂੰ ਕਿ ਗਲਤ ਕਹਿ ਰਹੇ ਨੇ। ਨਹੀਂ, ਅਭੀ ਤਾਂ ਠੀਕ ਬੋਲਿਆ ਹੈ। ਅੱਛਾ, ਮਤਲਬ ਕੁੜੀਆਂ ਤੋਂ ਨਹੀਂ ਜਿੱਤ ਸਕਦੀ? ਨਹੀਂ ਜਿੱਤ ਸਕਦਾ ਇਹ। ਓਕੇ, ਤੇ ਫਿਰ ਹੁਣ ਮੇਰੇ ਸਵਾਲ ਦਾ ਜਵਾਬ ਦੇ ਕੇ ਤੁਸੀਂ ਜਿੱਤ ਜਾਓ। ਉਹ ਕਿਹੜੀ ਜਗ੍ਹਾ ਜਿੱਥੋਂ ਬੰਦਾ ਮੈਨੂੰ ਹਾਰ ਮਿਲ ਜੇ ਬਸ?
ਨਹੀਂ ਪਤਾ ਨਹੀਂ ਪਤਾ ਤੁਹਾਨੂੰ ਪਤਾ ਅੰਕਲ ਸਵਾਲ ਤੇ ਦੱਸੋ ਅੱਛਾ ਮੈਂ ਪੁੱਛਿਆ ਨਹੀਂ ਤੇ ਪਹਿਲਾਂ ਸਵਾਲ ਪੁੱਛੋ ਨਾ ਕੀ ਹੈ ਨਹੀਂ ਪਰ ਮੈਂ ਪੁੱਛਿਆ ਨਹੀਂ ਅੱਛਾ ਇੱਧਰ ਮੈਂ ਇਹ ਪੁੱਛਿਆ ਵੀ ਬੰਦੇ ਨੂੰ ਹਮੇਸ਼ਾ ਜਿੱਤ ਚਾਹੀਦੀ ਹੁੰਦੀ ਵੀ ਮੈਂ ਜਿੱਤ ਜਾਂ ਕਦੀ ਇੱਧਰੋਂ ਜਿੱਤ ਜਾਂ ਕਦੀ ਉੱਧਰੋਂ ਇਹੋ ਜਿਹੀ ਕਿਹੜੀ ਜਗ੍ਹਾ ਹੈ ਜਿੱਥੇ ਬੰਦਾ ਕਹਿ ਦਿੰਦਾ ਮੇਰੀ ਹਾਰ ਹੋ ਜੇ ਮਤਲਬ ਮੈਨੂੰ ਹਾਰ ਮਿਲ ਜੇ ਉਹ ਰੱਬ ਕੋਲ ਹਾਰ ਹੁੰਦੀ ਆ ਹੋਰ ਨਹੀਂ ਕਿਸੇ ਕੋਲ ਹਾਰਦਾ ਕੋਈ ਅੱਛਾ ਉਹ ਪਰਮਾਤਮਾ ਤੋਂ ਹਾਰਦਾ ਹੋਰ ਨਹੀਂ ਕੋਈ ਰਾਜ ਸਕਦਾ ਜਦੋਂ ਪਰਮਾਤਮਾ ਦੀ ਉੱਪਰ ਮਿਹਰ ਹੋਵੇ ਗੁਰੂ ਅਰਜਨ ਸਾਹਿਬ ਦੀ ਫਿਰ ਕੋਈ ਨਹੀਂ ਰਾਜ ਸਕਦਾ ਉਹਦੀ ਕਿਰਪਾ ਚਾਹੀਦੀ ਉੱਪਰ ਵਾਲੇ ਦੀ ਬਿਲਕੁਲ ਅੰਕਲ ਥੈਂਕ ਯੂ ਸੋ ਮਚ ਤੁਸੀਂ ਜਵਾਬ ਦਿੱਤਾ ਇਹ ਕੀ ਕਾਲਾ ਹੈ ਹਾਂ ਇਹ ਕਾਲਾ ਹੈ ਮਾਈਕ ਹੈ ਲੋਹੇ ਦਾ ਕੀ ਹੈ ਚੈਲੰਜ ਕੀ ਹੈ ਚੈਲੰਜ ਨਹੀਂ ਆ ਕੁਛ ਵੈਸੀ ਗੱਲਾਂ ਕਰਨ ਆਇਆ ਮੈਂ ਕਿਉਂ ਕਿੱਥੋਂ ਮੈਂ ਆਦਰੋ ਕਰਾਂ ਘਰੋਂ ਆਇਆ ਕਰੋ ਤੇ ਘਰੋਂ ਤਾਂ ਸਾਰੇ ਆਉਂਦੇ ਆ ਤੁਹਾਨੂੰ ਬੜਾ ਆਸਾਨ ਜਿਹਾ ਕਮਾਲ ਹੋਇਆ ਅੰਕਲ ਕਰ ਕੇ ਗਏ ਮੇਰੇ ਨਾਲ ਧੋਖਾ ਜਿਹਾ ਐਨੀਵੇਜ਼ ਥੈਂਕ ਯੂ ਸੋ ਮਚ ਤੁਹਾਨੂੰ ਜਵਾਬ ਨਹੀਂ ਆਇਆ ਇਸ ਕਰਕੇ ਤੁਸੀਂ ਹਾਰ ਗਏ ਹੋ ਪਰ ਹੁਣ ਵਕਤ ਹੈ ਛੋਟੀ ਜਿਹੀ ਬ੍ਰੇਕ ਦਾ ਜਾਣਾ ਕਿਤੇ ਨਹੀਂ ਆ ਕਿਉਂਕਿ ਬੋਲਤੀ ਬੰਦ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰੇਗਾ ਤੁਹਾਡੇ ਨਾਲ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਲਓ ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਤੇ ਹਾਏ ਹਾਂਜੀ ਕਿੱਧਰ ਕਿਹਾ ਜੀ ਫਰੀਦਾਬਾਦ ਕਿਨੂੰ ਕਿਹਾ ਜੀ ਹਾਏ ਹੈਲੋ ਹੈ ਕਾਮ ਜੱਜ ਕੇ ਹੋ ਗਿਆ ਮੈਂ ਜੈਸੇ ਆਪਕੀ ਪੰਜਾਬੀ ਮੇ ਥੋੜੀ ਸੀ ਪ੍ਰੋਬਲਮ ਹੈ ਵੈਸੇ ਹਮਾਰੀ ਹਿੰਦੀ ਮੇ ਥੋੜੀ ਸੀ ਪ੍ਰੋਬਲਮ ਹੈ ਜ਼ਿਆਦਾ ਨਹੀਂ ਕਰਦੇ ਪਏ ਬੇਸੀ ਨਹੀਂ ਮੈਂ ਜ਼ਿਆਦਾ ਬੇਇੱਜ਼ਤੀ ਕਿੱਥੇ ਕਰਦਾ ਪਿਆ ਮੈਨੂੰ ਇਹਨਾਂ ਤੋਂ ਕਿਤ ਕਹੇ ਨਹੀਂ ਕੁਝ ਵੀ ਜਿਹਨਾਂ ਤੁਸੀਂ ਕਹਿ ਰਹੇ ਤੁਹਾਨੂੰ ਪੰਜਾਬੀ ਪੂਰੀ ਆਉਂਦੀ ਹੈ ਮੇਰਾ ਬੱਲੇ ਵੀ ਨਹੀਂ ਨਿਕਲਣ ਦਿੱਤਾ ਐਨੀਵੇਜ਼ ਮੇਰੇ ਕੋਲ ਇੱਕ ਛੋਟਾ ਜਿਹਾ ਸਵਾਲ ਹੈ ਜੇ ਤੁਸੀਂ ਉਹਦਾ ਜਵਾਬ ਦੇ ਦਿਓ ਤੇ ਮੈਂ ਤੁਹਾਨੂੰ ਹੁਣੇ ਦੇ ਹੁਣੇ ਆਪਣਾ ਨੰਬਰ ਫੜਾ ਦਾਂਗਾ ਮਤਲਬ ਤੋ ਆਨਸਰ ਤੋ ਬਤਾਤੇ ਜਾਈਏ ਅਗਰ ਹੈ ਟਾਈਮ ਤੋ ਮੇਰਾ ਸਵਾਲ ਇਹ ਹੈ ਕਿ ਦੁਨੀਆ ਤੇ ਲੋਕ ਹਮੇਸ਼ਾ ਜਿੱਤ ਮੰਗਦੇ ਨੇ ਕਿ ਸਾਡੀ ਜਿੱਤ ਹੋ ਜਾਏ ਅਸੀਂ ਜਿੱਤ ਜਾਈਏ ਇੱਕ ਐਸੀ ਜਗ੍ਹਾ ਹੈ ਜਹਾਂ ਬੰਦਾ ਬੋਲਦਾ ਹੈ ਮੇਰੀ ਹਾਰ ਹੋ ਜੇ ਮਤਲਬ ਮੈਨੂੰ ਹਾਰ ਮਿਲ ਜੇ ਪਤਾ ਨਹੀਂ ਲੜਕੀ ਬੜੀ ਜਲਦੀ ਬੋਲੀ ਹੈ ਲੜਕੀ ਕਿਆ ਗਏ ਆਪ ਬਤਾਈਏ ਆਪ ਆਈਏ ਨਾ ਇਧਰ ਆਈਏ ਜਲਦੀ ਆਈਏ ਜਲਦੀ ਇੱਧਰ ਦੇਖੋ ਕਿਸ ਕੇ ਆਗੇ ਲੜਕੀ ਕੇ ਆਗੇ ਲੜਕੀ ਕੇ ਆਗੇ ਮੌਤ ਦੇ ਆਗੇ ਮੌਤ ਜ਼ਿੰਦਗੀ ਤਾਂ ਉਬਲਿਆ ਹੀ ਹੈ ਉਬਲਿਆ ਹੋਇਆ ਬੰਦਾ ਹੈ ਜ਼ਿੰਦਗੀ ਤਾਂ ਇੰਨੇ ਉਬਾਦ ਉਬਲਿਆ ਸ਼ਾਦੀ ਹੋਣੇ ਵਾਲੀ ਸਗਾਈ ਹੋ ਗਈ ਮੈਡਮ ਤਵੀ ਖਿਲੇ ਖਿਲੇ ਆ ਅੱਛਾ ਸ਼ਾਦੀ ਹੋ ਗਈ ਕਿਸ ਕੇ ਸਾਥ ਹੋਈ ਮੈਡਮ ਸਗਾਈ ਹੋਈ ਹੈ ਸਗਾਈ ਅੱਛਾ ਲੜਕੀ ਕੇ ਸਾਥ ਲੜਕੀ ਕੇ ਸਾਥ ਲੈਣ ਦੇਣ ਹੋਗੋ ਹਾਂ ਹੋਗੋ ਲੈਣ ਦੇਣ ਹੋਗੋ ਪਰ ਵਿਆਹ ਨਾ ਹੋਗੋ ਅੱਛਾ ਲੈਣ ਦੇਣ ਹੋਗੋ ਪਰ ਵਿਆਹ ਨਾ ਹੋਗੋ ਯੂ ਗੋ ਓਕੇ ਸ਼ਰਮੀਲੀ ਲਓ ਜੀ ਹੁਣ ਅਸੀਂ ਗੱਲਾਂ ਬਾਤਾਂ ਤੇ ਬਹੁਤ ਕਰ ਲਈਆਂ ਹੁਣ ਅਸੀਂ ਵੱਧਦੇ ਹਾਂ
ਅੱਗੇ ਤੇ ਅੱਗੇ ਜਾਣ ਦੇ ਲਈ ਸਾਨੂੰ ਪਿੱਛੇ ਵੀ ਦੇਖਣਾ ਪੈਂਦਾ, ਕੋਈ ਨਹੀਂ ਆ ਰਿਹਾ, ਅੱਗੇ ਚਲੋ। ਹੈਲੋ ਟੈਂ ਟੈਂ ਹਾਏ 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 ਹੈਲੋ। ਤੁਹਾਡਾ ਨਾਮ? ਪ੍ਰਿਆ। ਤੁਹਾਡਾ? ਕਾਜਲ। ਤੁਹਾਡਾ? ਆਕ੍ਰਿਤੀ। ਪ੍ਰਿਆ ਕਾਜਲ ਤੇ ਜੋ ਵੀ ਥੋੜ੍ਹੇ ਜਿਹੇ ਸਪੈਲਿੰਗ ਮਿਸਟੇਕ ਹੋਣਗੇ ਮੇਰੇ, ਅੱਗੇ ਆ ਜਾਓ ਤੁਸੀਂ। ਸਭ ਤੋਂ ਪਹਿਲਾਂ ਮੇਰੇ ਕੋਲ ਇੱਕ ਛੋਟਾ ਜਿਹਾ ਸਵਾਲ ਹੈਗਾ, ਉਸ ਤੋਂ ਪਹਿਲਾਂ ਮੈਂ ਕਰਨਾ ਚਾਹਾਂਗਾ ਤਾਰੀਫ, ਬਹੁਤ ਸੋਹਣਿਆ, ਬਹੁਤ ਕੈਂਟ, ਬਹੁਤ ਜ਼ਿਆਦਾ ਹੀ ਸੋਹਣੀ। ਥੈਂਕ ਯੂ। ਨਹੀਂ ਮੈਂ ਹਵਾ ਦੀ ਗੱਲ ਕਰ ਰਿਹਾ, ਅੱਛੀ ਗੱਲ ਨਹੀਂ ਨਹੀਂ, ਬਟ ਤੁਸੀਂ ਬਹੁਤ ਸੋਹਣੇ ਹੋ, ਤੁਸੀਂ ਵੀ ਬਹੁਤ ਕੈਂਟ ਹੋ। ਮੇਰੇ ਕੋਲ ਹੁਣ ਸਵਾਲ ਹੈਗਾ ਉਹ ਇਹ ਹੈ ਕਿ ਹਰ ਜਗ੍ਹਾ 'ਤੇ ਮਤਲਬ ਕਈ ਵਾਰ ਬੰਦਾ ਆ ਜਾਂਦਾ ਕਹਿੰਦਾ ਮੇਰੀ ਜੇਤੋ ਜੇ, ਜ਼ਿਆਦਾਤਰ ਬੰਦਾ ਇਹੀ ਕਹਿੰਦਾ ਨਾ ਮੇਰੀ ਜੇਤੋ ਜੇ, ਇੱਧਰ ਮੇਰੀ ਜੇਤੋ ਜੇ, ਉੱਧਰ। ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਬੰਦਾ ਕਹਿੰਦਾ ਮੇਰੀ ਹਾਰ ਹੋ ਜੇ, ਯਾਨੀ ਕਿ ਮੈਨੂੰ ਹਾਰ ਮਿਲ ਜੇ। ਮਾੜਾ ਹੋ ਗਿਆ ਨਾ ਜ਼ਿਆਦਾ, ਪਤਾ ਹੀ ਨਹੀਂ ਚੱਲਾ ਕੀ ਹੋ ਗਿਆ। ਹੈਲੋ ਆ ਗਿਆ ਜੀ, ਆ ਗਿਆ ਜੀ। ਅਭੀ ਆਪਕਾ ਨਾਮ? ਰਸ਼ਮੀ। ਤੁਹਾਡਾ ਨਾਮ? ਪ੍ਰਭਜੋਤ। ਪ੍ਰਭਜੋਤ ਅਤੇ ਰਸ਼ਮੀ ਜੀ, ਮੇਰੇ ਕੋਲ ਸਵਾਲ ਜਿਹੜਾ ਹੈਗਾ ਉਹ ਮੈਂ ਰਿਪੀਟ ਕਰਨਾ ਚਾਹਾਂਗਾ ਕਿ ਬੰਦਾ ਹਰ ਜਗ੍ਹਾ ਕਹਿੰਦਾ ਮੇਰੀ ਜੇਤੋ ਜੇ, ਜੇਤੋ ਜੇ, ਜੇਤੋ ਜੇ, ਲੇਕਿਨ ਇੱਕ ਇਹੋ ਜਿਹੀ ਜਗ੍ਹਾ ਜਿੱਥੇ ਬੰਦਾ ਕਹਿੰਦਾ ਮੈਨੂੰ ਹਾਰ ਮਿਲ ਜੇ। ਸੋਚੋ, ਡੀਪਲੀ ਸੋਚੋ, ਬੜਾ ਈਜ਼ੀ ਆਂਸਰ ਹੈ ਇਹਦਾ ਜੋ ਮੈਨੂੰ ਵੀ ਨਹੀਂ ਆਉਂਦਾ। ਐਨੀਵੇਜ਼ ਹਾਂਜੀ, ਡਿਸਕਸ ਕਰ ਲਓ, ਵੂਮੈਨ ਡਿਸਕਸ਼ਨ ਚੱਲ ਰਹੀ ਹੈ। ਹਾਂ ਮੈਨੂੰ ਨਹੀਂ ਪਤਾ, ਅਭੀ ਤੋ ਪੁੱਛ ਰਹਾ ਹੂੰ ਕਿਉਂਕਿ ਮੈਨੂੰ ਨਹੀਂ ਪਤਾ। ਆਂਸਰ ਨਹੀਂ ਪਤਾ? ਨਹੀਂ, ਸਵਾਲ ਪਤਾ ਥਾ, ਮੈਨੂੰ ਆਂਸਰ ਮੈਂ ਢੂੰਢਣੇ ਨਿਕਲਾ ਥਾ। ਅੱਛਾ, ਵੈਸੇ ਮੈਨੂੰ ਆਪਕੋ ਦੇਖ ਕੇ ਔਰ ਵੈਸੇ ਆਪ ਪੰਜੋ ਕੋ ਦੇਖ ਕੇ ਐਸਾ ਲੱਗਤਾ ਹੈ ਕਿ ਆਪ ਗਾਣਾ ਬਹੁਤ ਅੱਛਾ ਗਾ ਰਹੇ ਹੋਏਂਗੇ। ਹਾਂ ਨਹੀਂ, ਆਪ ਹਾਰ ਗਏ ਹੋ? ਨਹੀਂ, ਕੌਣ ਆਪ ਮੇ ਸੇ ਕੌਣ ਸਭ ਸੇ ਅੱਛਾ ਗਾਣਾ? ਬਹੁਤ ਬੁਰੇ ਹੈ ਸਾਰੇ। ਹਾਂ ਬਹੁਤ ਬੁਰੇ ਹੈ ਸਾਰੇ। ਮੈਨੂੰ ਤੋ ਬੜੇ ਅੱਛੇ ਲੱਗ ਰਹੇ ਹੋ। ਹਾਂ ਸਿੰਗਿੰਗ ਮੇ। ਚਲੋ ਵੈਸੇ ਹੀ ਇੱਕ ਅਗਰ ਕੋਈ ਗਾਣਾ ਗੁਣਗੁਣਾਉਣਾ ਹੋ, ਕੌਣ ਸਾ ਗੁਣਗੁਣਾਓਗੇ? ਨੋ, ਉਹ ਨਹੀਂ, ਉਹ ਗਾਣਾ ਥੋੜਾ ਵੈਸੇ ਤੋ ਰੀਮੇਕ ਹੋ ਗਿਆ ਉਸਕਾ, ਤੂੰ ਚੀਜ਼ ਬੜੀ ਹੈ। ਇਹ ਜਰਨਲ ਗਾਣਾ ਹੈ, ਇਹ ਇੱਧਰ ਕੋਈ ਲੈਣਾ ਦੇਣਾ ਨਹੀਂ ਇਸ ਗਾਣੇ ਦਾ। ਕਿਹੜਾ ਗਾਣਾ ਗਾਓਗੇ? ਗਾਣਾ ਵੀ ਰੋਡ ਬਰਥਡੇ ਤੇ ਗਾ ਦੋ। ਹੈਪੀ ਬਰਥਡੇ ਕਰਾਂਗੇ, ਚਲੋ ਬੋਲਤੀ ਬੰਦ ਕਰ, ਹੈਪੀ ਬਰਥਡੇ ਕਰਾਂਗੇ। ਕਿਸਕਾ? ਓ ਤੁਹਾਨੂੰ ਪਤਾ ਨਹੀਂ ਮੈਂ ਕੌਣ? ਮੇਰਾ ਨਾਮ ਹੈ ਜੀ ਬੋਲਤੀ ਬੰਦ ਜੀ। ਹਾਂ, ਤੇ ਹੁਣ ਤੁਸੀਂ ਬੋਲਤੀ ਬੰਦ ਦਾ ਬਰਥਡੇ ਵਿਸ਼ ਕਰਨੀ ਹੈ, ਕਿੱਦਾਂ ਕਰੋਗੇ? ਹੈਪੀ ਬਰਥਡੇ ਬੋਲ ਕੇ ਕਰੇ, ਗਾ ਕੇ ਕਰੋ ਨਾ ਫਿਰ। ਗਾਓ ਬਈ, ਕਰੋ ਕਰੋ, ਮੇਰਾ ਭੰਗੜਾ ਆ ਰਿਹਾ ਬਾਹਰ, ਚਲੋ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਮੇ ਗੋਡ ਬਲੈਸ ਯੂ। ਆ ਸੋ ਕਿਊਟ, ਥੈਂਕ ਯੂ ਸੋ ਮਚ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਮਿਟਾ ਦਿਓ ਲਾਈਨ। ਹਾਏ ਮੈਮ। ਪੰਕ। ਹੈਲੋ, ਤੁਹਾਡਾ ਨਾਮ? ਅਨਨਿਆ। ਹੈਲੋ ਸਰ, ਤੁਹਾਡਾ ਨਾਮ? ਪੁਲਕਿਤ। ਪੁਲਕਿਤ ਤੇ ਅਨਨਿਆ। ਹਾਏ ਮੈਮ, ਮੈਮ ਮੇਰੇ ਕੋਲ ਇੱਕ ਛੋਟਾ ਜਿਹਾ ਸਵਾਲ ਹੈਗਾ ਜਿਹਦਾ ਜਵਾਬ ਮੈਨੂੰ ਇੱਥੇ ਕਿਸੇ ਕੋਲੋਂ ਨਹੀਂ ਮਿਲਿਆ। ਓਕੇ। ਮੈਨੂੰ ਲੱਗਦਾ ਤੁਸੀਂ ਇੰਟੈਲੀਜੈਂਟ ਹੋ। ਹਾਂਜੀ, ਓਕੇ। ਉਹ ਨੋ ਮਤਲਬ ਤੁਹਾਨੂੰ ਯਕੀਨ ਨਹੀਂ ਆਪਣੇ ਆਪ ਤੇ? ਨਹੀਂ ਹੈ। ਨਹੀਂ, ਓਕੇ ਚਲੋ ਕੋਈ ਗੱਲ ਨਹੀਂ, ਮੈਂ ਪਰ ਮੰਨਦਾ ਕਿ ਤੁਹਾਡੇ ਤੇ ਮੈਨੂੰ ਯਕੀਨ ਹੈ। ਠੀਕ ਹੈ, ਹੁਣ ਮੇਰਾ ਸਵਾਲ ਇਹ ਹੈ ਕਿ ਹਰ ਜਗ੍ਹਾ ਤੇ ਬੰਦਾ ਕਹਿੰਦਾ ਮੇਰੀ ਜਿੱਤ ਹੋ ਜੇ, ਮੈਨੂੰ ਜਿੱਤ ਮਿਲ ਜਾਏ, ਮੈਨੂੰ ਜਿੱਤ ਮਿਲ ਜਾਏ, ਭਾਵੇਂ ਐਗਜ਼ਾਮਸ ਹੋਣ, ਭਾਵੇਂ ਜਿੱਥੇ ਮਰਜ਼ੀ ਹੋਵੇ, ਵਿਆਹ ਹੋਵੇ, ਹੈ ਨਾ, ਮੇਰੀ ਜਿੱਤ ਹੋ ਜੇ, ਪਰ ਇੱਕ ਜਗ੍ਹਾ ਇਹੋ ਜਿਹੀ ਹੈ ਜਿੱਥੇ ਬੰਦਾ ਕਹਿੰਦਾ ਮੈਨੂੰ ਹਾਰ ਮਿਲ ਜਾਏ। ਕੌਣ ਸੀ ਜਗ੍ਹਾ ਹੈ? ਕਿਹੜੀ ਜਗ੍ਹਾ? ਆਈ ਡੋਨਟ ਨੋ, ਲਾਈਕ
लाइक यू टू जहाँ पे किसी लव्ड वन का सवाल आए, उसके डिज़ायर्स का सवाल आए, तो अगर अपनी नीड्स को जिताने की जगह इट शुड बी लाइक यू शुड लूज, जी हारना चाहिए ताकि वो जीत जाए। बहुत सही एनक लगी है, तुहानू पता इन्नी नॉलेज एनक वाले बंदे को ही हो सकती है, होर किसी को नहीं। वो सानू तिन्हां नू एनक लगी है। फोटो प्लीज। थैंक यू सो मच सर। तुहाडा की जवाब है? पता नहीं बाजी, ठीक है ना? ठीक है ਤੁਸੀਂ ਸਹੀ ਕਿਹਾ? ਯੈਸ ਆਈ ਥਿੰਕ ਸੋ। ਓ ਯੂ ਥਿੰਕ ਸੋ ਬਟ ਆਈ ਡੋਨਟ ਥਿੰਕ ਸੋ ਬਿਕੋਜ਼ ਇਹ ਸਵਾਲ ਦਾ ਜਵਾਬ ਨਹੀਂ ਹੈ। ਸਵਾਲ ਦਾ ਜਵਾਬ ਕੁਛ ਹੋਰ ਹੈ। ਇਹ ਕਲਰ ਕਿੱਥੋਂ ਕਰਾਇਆ ਵੈਸੇ? ਮੈਂ ਸੋਚ ਰਹੀ ਆਪਣੀ ਗਰਲਫ੍ਰੈਂਡ ਨੂੰ ਮੈਂ ਵੀ ਕਲਰ ਇਹੋ ਜਿਹਾ ਕਰਵਾ ਦਾਂ। ਓਕੇ ਕਰਵਾ ਦੋ। ਕਿੱਥੋਂ ਕਰਵਾਇਆ ਤੁਸੀਂ? ਸੈਲੂਨ ਸੇ। ਅੱਛਾ, ਤੇ ਮੈਂ ਅਗਰ ਉਹਨੂੰ ਨਾਲ ਲੈ ਜਾਂ ਤੇ 30 ਰੁਪਏ ਚ ਹੋ ਜਾਏਗਾ? ਨਹੀਂ ਨਾ ਪਾਸ ਨਹੀਂ, ਮੈਨੂੰ ਐਕਚੁਅਲੀ ਘਰੋਂ ਇੰਨੇ ਕੁ ਪੈਸੇ ਮਿਲਦੇ ਆ ਤੋਂ ਵੱਧ ਨਹੀਂ ਮਿਲਦੇ। ਕਿੰਨੇ ਕੁ ਵਾਲ ਹੋ ਜਾਣਗੇ 30 ਰੁਪਏ ਚ? ਕੁਛ ਵੀ ਨਹੀਂ ਹੋਏਗਾ। ਕੁਛ ਵੀ ਨਹੀਂ ਹੋਏਗਾ? वो आप मार्केट से कुछ पाउचेस मिलते हैं 30 रुपए के, वो यूज़ करके अगर घर पे कर सकते हो तो ठीक है, अदरवाइज दिस वोंट बी। तो ये मार्केट वाले नहीं है? ये मार्केट वाले नहीं है, ये हाई हाई एंड हाई एंड। ओए होए, बहुत हाई एंड यारी ताड़ी मेरी रहूगी, जे लगी रहूगी तो। थैंक यू सो मच भाजी, थैंक्स अलॉट। देखियो किन्नी इंटेलिजेंट कुड़ी सी जिन्हें जवाब देता। हुन वक्त हो गया है इन्हां दे जवाब दे नाल ही मैं भी जवाब देता। ਤੁਹਾਨੂੰ ਨਹੀਂ ਵੈਸੇ ਹੀ ਬ੍ਰੇਕ ਦਾ ਵਕਤ ਜੋ ਹੋ ਗਿਆ, ਮਿਲਦੇ ਆਫਟਰ ਸ਼ੋਰਟ ਬ੍ਰੇਕ। ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਮੈਂ ਹਾਜ਼ਰ ਹਾਂ ਤੁਹਾਡਾ ਆਪਣਾ ਬੋਲਤੀ ਬੰਦ, ਅਤੇ ਬੋਲਤੀ ਬੰਦ ਨੇ ਖੂਬਸੂਰਤ ਤਰੀਕੇ ਨਾਲ ਕੀਤਾ ਹੈ ਵੈਲਕਮ। ਹੈਲੋ ਜੀ, ਹੈਲੋ, ਥੈਂਕ ਯੂ। ਨਹੀਂ ਮੈਂ ਤਾਂ ਤੁਹਾਨੂੰ ਗਿਫਟ ਦਿੱਤਾ ਹੀ ਨਹੀਂ ਹਾਲੇ। ਥੈਂਕ ਯੂ ਕਿਸ ਚੀਜ਼ ਦਾ? ਨਹੀਂ, ਆਈ ਐਮ ਨੋਟ ਇੰਟਰਸਟਿਡ। ਮੇਰੇ ਚ ਇੰਟਰਵਿਊ? ਓਕੇ, ਇੰਟਰਵਿਊ? ਓਹੋ, ਮੈਂ ਪਤਾ ਨਹੀਂ ਕਿਹੜੇ ਪਾਸੇ ਲੈ ਗਿਆ, ਮੈਂ ਤੇ ਹਲੇ ਕੁਛ ਕਿਹਾ ਹੀ ਨਹੀਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਨਾਮ? ਸੁਮਨ। ਸੁਮਨ ਜੀ, ਸੁਮਨ ਜੀ ਮੇਰੇ ਕੋਲ ਇੱਕ ਛੋਟਾ ਜਿਹਾ ਸਵਾਲ ਹੈਗਾ ਜੀ, ਉਹਦਾ ਜਵਾਬ ਦੇ ਦਿਓ। ਹਾਂਜੀ, ਬੋਲੀਏ। ਇਹ ਮੇਰਾ ਇਹ ਸਵਾਲ ਹੈਗਾ ਕਿ ਤੁਸੀਂ ਇੱਕ ਮਿੰਟ ਰੁਕ ਜਾਓਗੇ? ਬੋਲੋ ਬੋਲੋ। ਇਹੀ ਸਵਾਲ ਹੈ ਮੇਰਾ? ਹਾਂ, ਤੁਸੀਂ ਇੱਕ ਮਿੰਟ ਰੁਕ ਜਾਓਗੇ? ਹਾਂ ਹਾਂ, ਬੋਲੋ। ਬਸ ਠੀਕ ਹੈ, ਸਵਾਲ ਹੋ ਗਿਆ, ਥੈਂਕ ਯੂ। ਜੇ ਤਿੰਨ ਚਾਰ ਗੱਭਰ ਹਲਾਕ ਗਏ ਤਾਂ ਨਾ ਫਾਇਦਾ ਕੀ ਭਲਾ ਜੋ ਪਾਏ ਨਿਕਲੀ ਦਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਘੈਂਟ ਪੱਗ ਬੰਨੀ ਆ ਭਾਜੀ, ਇਸੇ ਗੱਲ 'ਤੇ ਮੇਰੇ ਨਾਲ ਗੱਲ ਕਰ ਲਓ ਦੋ ਮਿੰਟ, ਇਹਨਾਂ ਨੂੰ ਮੈਂ ਜਵਾਬ ਦੇ ਦਿੰਦਾ, ਇੱਧਰ ਦਿਓ ਜਰਾ ਇੱਕ ਮਿੰਟ, 5 ਮਿੰਟ ਬਾਅਦ ਕਰਿਓ ਕਿਉਂਕਿ ਭਾਜੀ ਨੀ ਮੇਰੇ ਨਾਲ ਬਿਜੀ ਨੇ, ਠੀਕ ਹੈ? ਹੈਲੋ, ਆਪੇ ਕੱਟਦਾ ਹੋਣਾ ਭਰਾਵਾ। ਓ ਨਹੀਂ ਨਹੀਂ, ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਓ ਭਾਬੀ ਜੀ, ਕੌਣ ਹੈ? ਫਰੈਂਡ ਆ। ਅੱਛਾ, ਹਾਏ ਫਰੈਂਡ ਜੀ, ਭਾਜੀ ਤੁਹਾਡੀ ਫਰੈਂਡ ਹੈ ਨਾ? ਠੀਕ ਹੈ ਫਿਰ। ਹਾਂਜੀ, ਕਿਵੇਂ ਹੋ? ਹਾਏ ਹੋਏ, ਬੜੀ ਸੋਹਣੀ ਆਵਾਜ਼ ਤੁਹਾਡੀ ਭਾਜੀ, ਦੀ ਸਾਈਡ 'ਤੇ ਖੜੇ ਨੇ। ਹਾਂਜੀ ਹਾਂਜੀ, ਨਹੀਂ ਕੋਈ ਗੱਲ ਨਹੀਂ, ਕਰੋ ਤੁਸੀਂ ਮੇਰੇ ਨਾਲ ਗੱਲ, ਅਨਲਿਮਿਟਡ ਟੋਕ ਟਾਈਮ। ਹਾਂਜੀ ਠੀਕ ਹੈ। ਹਾਂਜੀ, ਹਵਾਈਆਂ ਛੁੱਟ ਗਈਆਂ ਭਾਜੀ ਦੇ ਮੂੰਹ ਦੀਆਂ? ਨਹੀਂ ਨਹੀਂ, ਠੀਕ, ਹਾਂ ਠੀਕ ਆ, ਠੀਕ ਹੈ ਠੀਕ ਹੈ। ਅੱਛਾ ਅੱਛਾ, ਉਹ ਅੱਛਾ ਇੱਦਾਂ ਦੇ ਭਾਜੀ? ਨਹੀਂ 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 ਨਹੀਂ, ਉਹ ਨਹੀਂ ਨਹੀਂ, ਸੋਹਣੇ ਆ ਭਾਜੀ। ਹਾਂ ਠੀਕ ਹੈ ਠੀਕ ਹੈ, ਆ ਕਰ ਲਓ ਤੁਸੀਂ ਗੱਲ 5 ਮਿੰਟ ਬਾਅਦ, ਠੀਕ ਹੈ ਜੀ। ਹਾਂਜੀ ਭਾਜੀ, ਹੁਣ ਮੈਂ ਤੁਹਾਡੇ ਨਾਲ ਗੱਲ ਕਰ ਲਾਂ। ਹਾਂਜੀ ਭਾਜੀ, ਮੇਰੇ ਕੋਲ ਇੱਕ ਛੋਟਾ ਜਿਹਾ ਸਵਾਲ ਆ। ਉਹ ਸਵਾਲ ਇਹ ਹੈਗਾ ਆ ਕਿ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਹਮੇਸ਼ਾ ਜਿੱਤ ਮੰਗਦੇ ਨੇ, ਕਹਿੰਦੇ ਮੇਰੀ ਜਿੱਤ ਇੱਥੇ ਹੋ ਜੇ, ਇੱਥੇ ਜਿੱਤ ਹੋ ਜੇ, ਪਰ ਇੱਕ ਇਹੋ ਜਿਹੀ ਜਗ੍ਹਾ ਜਿੱਥੇ ਬੰਦਾ ਕਹਿੰਦਾ ਮੇਰੀ ਹਾਰ ਹੋ ਜੇ, ਯਾਨੀ ਕਿ ਮੈਨੂੰ ਹਾਰ ਮਿਲ ਜੇ। ਹਾਂਜੀ, ਕਿਹੜੀ ਜਗ੍ਹਾ? ਵਿਆਹ ਕਰਾ ਕੇ।
ਅੱਛਾ ਬੰਦਾ ਉਸ ਟਾਈਮ ਤੇ ਕਹਿੰਦਾ ਵੀ ਮੈਨੂੰ ਹਾਰ ਮਿਲ ਜੇ ਵਿਆਹ ਨਾ ਹੋਵੇ ਹੁਣੇ ਜੇ ਕਿਤੇ ਤੁਹਾਨੂੰ ਰਿਸ਼ਤੇ ਦਾ ਫੋਨ ਆ ਜਾਏ ਨਾ ਤੁਸੀਂ 5 ਮਿੰਟ ਦਾ ਲਾਓ ਭੱਜਣ ਦਾ ਵਿਆਹ ਵਾ ਨਹੀਂ ਨਹੀਂ ਮੈਂ ਨਹੀਂ ਕਰਾਉਣਾ ਨਹੀਂ ਨਹੀਂ ਹਾਲੇ ਨਹੀਂ ਕਰਾਉਣਾ ਹੈਗਾ ਕਦੋਂ ਕਰਾਉਣਾ ਜਦੋਂ ਉਮਰ ਹੋ ਜੂਗੀ ਵੀ ਵਿਆਹ ਜੋਗੇ ਹੋ ਜਾਵਾਂਗੇ ਉਹਨੇ ਤਾਂ ਤੁਸੀਂ ਕਿਹਾ ਵਿਆਹ ਦੇ ਉੱਤੇ ਹਾਰ ਹੋ ਜਾਂਦੀ ਤੇ ਮੰਨ ਵੀ ਗਏ ਜੇ ਵੀ ਥੋੜ੍ਹੇ ਟਾਈਮ ਬਾਅਦ ਕਰਾਊਂਗਾ ਫਿਰ ਉਹ ਹਾਲੇ ਜੇ ਹੁਣ ਜਿੱਤੂਗੀ ਫਿਰ ਹਾਰ ਦੇ ਬਰਾਬਰ ਆ ਅੱਛਾ ਮਤਲਬ ਉਹ ਜੇ ਤਾਂ ਹਾਰ ਦੇ ਬਰਾਬਰ ਆ ਭਾਜੀ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਤੁਸੀਂ ਗਾਣਾ ਬਹੁਤ ਸੋਹਣਾ ਗਾਓਗੇ ਨਹੀਂ ਮੈਨੂੰ ਬਿਲਕੁਲ ਨਹੀਂ ਆਉਂਦਾ ਸੋਰੀ ਚੁਟਕਲਾ ਸੁਣਾ ਆਉਂਦਾ ਚੁਟਕਲਾ ਵੀ ਨਹੀਂ ਆਉਂਦਾ ਹੈਗਾ ਕੁੱਤੂ ਕੁਤਾਰੀ ਕੱਢ ਦਿਓ ਮੈਂ ਹੱਸਣਾ ਥੈਂਕ ਯੂ ਸੋ ਮਚ ਭਾਜੀ ਹੈਲੋ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਹੈਲੋ ਮੈਮ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਪਾਇਲ ਅੱਛਾ ਪਾਇਲ ਜੀ ਮੇਰੇ ਕੋਲ ਇੱਕ ਸਵਾਲ ਹੈ ਛੋਟਾ ਜਿਹਾ ਮੈਨੂੰ ਪੰਜਾਬੀ ਨਹੀਂ ਆਉਂਦੀ ਮੈਨੂੰ ਵੀ ਨਹੀਂ ਆਉਂਦੀ ਹਿੰਦੀ ਇੱਕ ਮਿੰਟ ਮੈਂ ਹਿੰਦੀ ਮੈਂ ਵੀ ਪੁੱਛ ਸਕਦਾ ਹੂੰ ਨਹੀਂ ਪਰ ਮੈਂ ਕੁਛ ਕਹਿ ਰਹਾ ਹੂੰ ਹੈਲੋ ਆਪ ਮੇਰੇ ਸੇ ਬਾਤ ਕਰੇਂਗੇ ਹਾਏ ਡੂ ਯੂ ਨੋ ਹਾਊ ਟੂ ਸਪੀਕ ਇੰਗਲਿਸ਼ ਬਟ ਆਈ ਡੋਂਟ ਨੋ ਹਾਊ ਟੂ ਸਪੀਕ ਅੰਗਰੇਜ਼ੀ ਬਾਏ ਕਿੱਧਰਲੇ ਪਾਸੇ ਜਾਵਾਂ ਇੱਧਰ ਨੂੰ ਆ ਜਾਓ ਕਿੱਧਰ ਜਾਵੇ ਬੰਦਾ ਕਿੱਧਰ ਜਾਵੇ ਕਿੱਧਰ ਉਹ ਭਾਜੀ ਨਹੀਂ ਉਹ ਭਾਜੀ ਨਹੀਂ 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 ਨੋ 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 ਭਾਜੀ ਨੋ ਭਾਜੀ ਲੱਤ ਨਾ ਕੱਟ ਦਿਓ ਕਿਤੇ ਕੁੜੀ ਨਾ 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 ਇੱਦਾਂ ਨਾ ਕਰੋ ਭਾਜੀ ਵੈਸੇ ਕੀ ਕਰ ਰਹੇ ਹੋ ਸਟ੍ਰੈਚਿੰਗ ਕਰਾ ਰਹੇ ਭਾਈ ਅੱਛਾ ਸਟ੍ਰੈਚਿੰਗ ਕਰਾ ਰਹੇ ਹੋ ਆਏ ਇੰਨਾ ਔਖਾ ਕੰਮ ਭਾਜੀ ਕਿਉਂ ਕਰਾ ਰਹੇ ਹੋ ਕਰਾਉਣਾ ਪੈਂਦਾ ਇੰਜਰੀ ਨਾ ਹੋ ਜੇ ਕੀ ਨਾ ਹੋ ਜੇ ਇੰਜਰੀ ਨਾ ਹੋ ਜੇ ਮਤਲਬ ਇੰਜਰੀ ਨਾ ਹੋ ਜੇ ਮਤਲਬ ਮਸਲ ਨਸਾਂ ਵਗੈਰਾ ਨਾ ਕਿਤੇ ਮਤਲਬ ਪੰਜਾਬੀ ਚ ਕੀ ਹੋਗਾ ਕੀ ਮਤਲਬ ਸੱਟ ਨਾ ਲੱਗਦੇ ਅੱਛਾ ਇਸ ਲਈ ਤੁਸੀਂ ਇਹ ਕਰ ਰਹੇ ਹੋ ਅੱਛਾ ਭਾਜੀ ਮੇਰੇ ਕੋਲ ਛੋਟਾ ਜਿਹਾ ਸਵਾਲ ਹੈ ਜਵਾਬ ਦਿਓਗੇ ਸਵਾਲ ਹੈ ਮੇਰੇ ਕੋਲ ਜਵਾਬ ਦਿਓ ਸਵਾਲ ਹੈ ਜਵਾਬ ਦਿਓ ਜਵਾਬ ਦੇਤਾ ਕਿਹੜਾ ਜਵਾਬ ਦੇ ਦੱਸੋ ਜੀ ਜਵਾਬ ਲਓ ਮੈਂ ਸਵਾਲ ਪੁੱਛ ਦਿੰਦਾ ਮੇਰਾ ਸਵਾਲ ਇਹ ਹੈ ਕਿ ਦੁਨੀਆ ਤੇ ਲੋਕ ਹਮੇਸ਼ਾ ਇਹੀ ਕਹਿੰਦੇ ਆ ਮੈਨੂੰ ਜਿੱਤ ਮਿਲ ਜੇ ਮੈਨੂੰ ਜਿੱਤ ਮਿਲ ਜੇ ਤੁਹਾਨੂੰ ਕੀ ਹੋਇਆ ਕੁਛ ਨਹੀਂ ਭਾਜੀ ਉੱਧਰ ਦੇਖਿਆ ਕਰੀ ਫੱਟੇ ਚੱਕਦੇ ਅੱਛਾ ਭਾਜੀ ਦੱਸੋ ਦੁਨੀਆ ਤੇ ਹਰ ਕੋਈ ਕਹਿੰਦਾ ਜਿੱਤ ਮਿਲ ਜੇ ਮੈਨੂੰ ਤੁਸੀਂ ਕਿਹਾ ਕਦੀ ਕਿੱਥੇ ਗਿਆ ਪੇਪਰ 'ਚ ਇੱਦਾਂ ਦੇ ਮੂੰਹ ਨੂੰ ਕਹੋਗੇ ਕਦੀ ਵੀ ਨਹੀਂ ਮਿਲਣੀ ਜਿੱਤ ਤੁਹਾਡਾ ਸਮਾਈਲ ਕਰਕੇ ਕਹੋ ਕਦੋਂ ਕਿਹਾ ਪੇਪਰ 'ਚ ਕਿਹਾ ਅੱਛਾ ਪੇਪਰ 'ਚ ਕਿਹਾ ਸੀਗਾ ਕੋਈ ਇਹੋ ਜਿਹਾ ਟਾਈਮ ਹੈਗਾ ਜਦੋਂ ਤੁਸੀਂ ਕਿਹਾ ਹੋਵੇ ਮੈਨੂੰ ਹਾਰ ਮਿਲ ਜੇ ਨਹੀਂ ਇਹੋ ਜਿਹੀ ਜਗ੍ਹਾ ਹੈਗੀ ਆ ਉਹ ਕਿਹੜੀ ਜਗ੍ਹਾ ਉਹਦੇ ਬਾਰੇ ਤੁਸੀਂ ਮੈਨੂੰ ਦੱਸਣਾ ਤੁਹਾਨੂੰ ਆਪਣੇ ਆਪ ਤੇ ਯਕੀਨ ਨੀ ਹੈਗਾ ਨਾ ਬਸ ਇੱਕ ਵਾਰ ਅੱਖਾਂ ਬੰਦ ਕਰਕੇ ਐਂ ਸੋਚੋ ਵੀ ਉਹ ਕੌਣ ਸੀ ਜਗ੍ਹਾ ਹੈ ਜਿੱਥੇ ਹਾਰ ਮਿਲ ਜੇ ਹੁਣੇ ਆਂਸਰ ਆ ਜੂਗਾ ਨਹੀਂ ਲੱਗਾ ਪਤਾ ਨਾ ਇਸੇ ਲਈ ਕਹਿੰਦਾ ਪੜ੍ਹ ਲਿਆ ਕਰੋ ਥੋੜ੍ਹਾ ਜਿਹਾ ਇੱਦਾਂ ਅੱਖਾਂ ਬੰਦ ਕਰਨਾ ਕੁਛ ਨਹੀਂ ਹੋਣਾ ਪੜ੍ਹਾਈ ਕਰਨੀ ਪੈਣੀ ਹੈ ਤੁਹਾਨੂੰ ਲਓ ਜੀ ਜਿਵੇਂ ਕਿ ਇਹਨਾਂ ਨਾਲ ਅਸੀਂ ਗੱਲ ਕੀਤੀ ਸੀ ਇਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ ਬਿਨਾਂ ਕੋਈ ਜਵਾਬ ਹੀ ਨਹੀਂ ਹੈਗਾ ਮੈਂ ਆਂਸਰ ਦੱਸਾਂ ਠੀਕ ਆ ਮੈਂ ਇਹਦਾ ਆਂਸਰ ਦੱਸ ਦਿੰਦਾ ਤੁਸੀਂ ਮੇਰੇ ਮਾਮੇ ਦੇ ਨਿਆਣੇ ਜੇ ਤੁਹਾਨੂੰ ਦੱਸਾਂ ਵੱਖਰਾ ਹੋ ਕੇ ਦੱਸੂੰਗਾ ਲਓ ਜੀ ਜਿਵੇਂ ਕਿ ਮੈਂ ਹੁਣ ਗਿਆ ਵਾਂ ਥੱਕ ਉੱਥੋਂ ਮੈਂ ਸਾਰਿਆਂ ਨੂੰ ਜਵਾਬ ਦੇ ਆਇਆ ਵੀ ਹੁਣ ਜਵਾਬ ਮੈਂ ਆਪੇ ਹੀ ਦੇ ਦੂੰਗਾ ਕਿਉਂਕਿ ਕਿਸੇ ਕੋਲ ਬੋਲਦੀ ਬੰਦ ਦੀਆਂ ਗੱਲਾਂ ਦਾ ਜਵਾਬ ਹੋਵੇ ਇਜ਼ ਇਟ ਪੋਸੀਬਲ
ਇਹਦਾ ਹੁਣ ਮਤਲਬ ਕੀ ਹੋਊਗਾ ਪੰਜਾਬੀ 'ਚ ਮੈਨੂੰ ਨਹੀਂ ਪਤਾ, ਪਰ ਮੈਂ ਬੋਲ ਜ਼ਰੂਰ ਦਿੱਤਾ ਜੀ। ਸੋ ਜਿਵੇਂ ਕਿ ਤੁਸੀਂ ਦੇਖਿਆ ਕਿ ਅੱਜ ਮੈਂ ਬੜੀ ਮਸਤੀ ਕੀਤੀ, ਬੜਾ ਮਜ਼ਾਕ ਕੀਤਾ ਅਤੇ ਬਹੁਤ ਹੀ ਜ਼ਿਆਦਾ ਮਜ਼ਾ ਵੀ ਆਇਆ ਹੋਇਆ। ਪਰ ਹੁਣ ਵਕਤ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਬਾਏ ਬਾਏ ਟਾਟਾ ਕਹਿਣ ਦਾ। ਬਾਏ, ਹਾਂ ਦੇਖਿਆ ਹੁਣ ਵਕਤ ਹੋ ਗਿਆ ਬਾਏ ਬਾਏ ਕਹਿਣ ਦਾ। ਮੈਂ ਤੁਹਾਨੂੰ ਮਿਲਾਂਗਾ ਅਗਲੇ ਐਪੀਸੋਡ ਦੇ ਵਿੱਚ ਹੋਰ ਵੀ ਘੈਂਟ ਜੀਆਂ ਗੱਲਾਂ ਦੇ ਨਾਲ। ਅਤੇ ਇਸ ਦਾ ਜਵਾਬ ਪਤਾ ਕੀ ਸੀਗਾ, ਸਵਾਲ ਪਹਿਲੇ ਸੁਣੋ, ਸਵਾਲ ਮੇਰਾ ਇਹ ਸੀਗਾ ਕਿ ਉਹ ਕਿਹੜੀ ਜਗ੍ਹਾ ਹੈ ਜਿੱਥੇ ਬੰਦਾ ਹਾਰ ਮੰਗਦਾ ਹੈ, ਜੁਲਰੀ ਸ਼ੋਪ 'ਚ ਚਲ ਜਾਂਦਾ ਹੈ ਜਾਂ ਫਿਰ ਫੁੱਲਾਂ ਵਾਲੇ, ਹਾਂਜੀ ਫੁੱਲਾਂ ਵਾਲੀ ਮਾਲਾ ਮੰਗ ਲੈਂਦਾ, ਮਾਲਾ ਮਤਲਬ ਹਾਰ। ਇੰਨਾ ਸੌਖਾ ਜਿਹਾ ਆਂਸਰ ਕਿਸੇ ਕੋਲੋਂ ਦਿੱਤਾ ਨਹੀਂ ਗਿਆ, ਥੱਕ ਗਿਆ ਯਾਰ, ਸਮਝਿਆ ਕਰੋ ਕਦੀ। ਮਿਲਾਂਗਾ ਅਗਲੇ ਐਪੀਸੋਡ ਦੇ ਵਿੱਚ, ਤਦ ਤੱਕ ਬਾਏ। ਕਿੱਧਰ ਨੂੰ ਜਾਏ ਬੋਲਤੀ, ਇੱਧਰ ਨੂੰ ਜਾਏ।